ਕੀ ਐਵੋਕਾਡੋ ਗੁੱਟੀ ਤੋਂ ਤਿਆਰ ਹੋ ਸਕਦਾ ਹਰਿਕਾਲ ਜੀ ਮੈਂ ਗੁਰਸਮਰਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਆਪਾਂ ਐਵੋਕਾਡੋ ਦੇ ਬੂਟੇ ਕੋਲੇ ਖੜੇ ਆਂ ਇਹ ਗੁੱਟੀ ਤੋਂ ਤਿਆਰ ਹੋ ਸਕਦਾ ਅੱਜ ਪਤਾ ਲੱਗੂਗਾ ਜੀ ਆਪਾਂ ਨੂੰ ਆਪਾਂ 에ਅਰ ਲੇਅਰ ਕਰਵਾਇਆ ਸੀ ਜੀ ਕੁਝ ਕੰਬੂਟਿਆਂ ਨੂੰ 에ਅਰ ਲੇਅਰਿੰਗ ਕਰਵਾਈ ਸੀ ਉਹਦਾ ਕਾਰਨ ਇਹ ਸੀ ਕਿ ਆਪਾਂ ਦੇਖਣਾ ਚਾਹੁੰਦੇ ਆਂ ਕਿ ਆਪਾਂ ਇੱਥੇ ਪ੍ਰੋਪਗੇਟ ਕਰ ਸਕਦੇ ਆਂ ਜੀ ਇਹਨੂੰ ਕਿ ਨਹੀਂ ਤੇ ਤੁਸੀਂ ਬੂਟਾ ਦੇਖ ਸਕਦੇ ਹੋ ਚੌਥੇ ਸਾਲ ਦੀ ਬੂਟੇ ਦੀ ਗ੍ਰੋਥ ਆ ਜੀ ਤੇ ਆਪਣੇ ਕੋਲੇ ਹੁਣ ਇਹਦਾ ਇੱਕੇ ਤਰੀਕਾ ਜੀ ਹੁਣ ਇਹਨੂੰ ਆਪਾਂ 에ਅਰ ਲੇਅਰ ਕਰਕੇ ਦੇਖ ਦੇਖ ਸਕਦੇ ਸੀ ਵੀ ਹੁੰਦਾ ਜਾਂ ਨਹੀਂ ਹੁਣ ਇਹਦੀਆਂ ਤੁਹਾਡੇ ਸਾਹਮਣੇ ਆਪਾਂ ਜੜਾਂ ਖੋਲਦੇ ਆਂ ਵੀ ਜੜ ਰੂਟ ਡਿਵੈਲਪ ਹੋਇਆ ਜਾਂ ਨਹੀਂ ਹੋਇਆ ਤੇ ਕਿੰਨਾ ਕੁ ਆਪਾਂ ਨੂੰ ਇਹ ਪਤਾ ਲੱਗ ਜੂਗਾ ਵੀ ਕਿੰਨਾ ਕੁ ਹੁੰਦੀਆਂ ਨੇ ਜੜਾਂ ਇਹਦੇ ਚ ਦੋਸਤੋ ਰੂਟ ਤਾਂ ਇਹਦੇ ਹਜੇ ਪ੍ਰੋਪਗੇਟ ਹੋਈ ਨਹੀਂ ਪਰ ਕੈਲਸ ਬਣ ਚੁੱਕੇ ਆ ਜੀ ਕੈਲਸ ਕਹਿੰਦੇ ਜੀ ਇੱਕ ਮੋਟਾ ਜਿਹਾ ਗੱਠ ਬਣ ਚੁੱਕੀ ਆ ਜਿਤੋਂ ਰੂਟ ਡਿਵੈਲਪ ਹੋਣੀਆਂ ਨੇ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਉਹਦੇ ਨਾਲ ਫੰਗੀਸਾਈਡ ਨਾਲ ਕਰਕੇ ਟ੍ਰੀਟ ਫਿਰ ਇਹਨੂੰ ਆਪਾਂ ਹੁਣ ਜ਼ਮੀਨ ਦੇ ਵਿੱਚ ਲਾਵਾਂਗੇ ਕਿ ਇਹਨੂੰ ਕੋਈ ਫੰਗਸ ਨਾ ਅਟੈਕ ਕਰੇ ਹੁਣ ਤੁਸੀਂ ਇਹਦਾ ਕੈਲਸ ਬਣਿਆ ਹੋਇਆ ਦੇਖ ਸਕਦੇ ਹੋ ਰੂਟਸ ਇਥੋਂ ਡਿਵੈਲਪ ਹੋਣਗੀਆਂ ਜੀ ਇਹਦੇ ਪੱਤੇ ਝਾੜ ਕੇ ਇਕੱਲੇ ਇਕੱਲਾ ਪੱਤਾ ਇਹਦਾ ਝਾੜ ਕੇ ਜੀ ਇਹਨੂੰ ਆ ਦੇਖੋ ਜੀ ਆਪਾਂ ਪੱਤੇ ਝਾੜ ਦਾਂਗੇ ਤਾਂ ਜੋ ਇਹ ਸਟ੍ਰੈਸ 'ਚ ਨਾ ਆਵੇ ਐਵੇਪੋਰੇਸ਼ਨ ਹੋਊਗੀ ਜੇ ਪੱਤੇ ਹੋਣਗੇ ਨਾਲ ਤਾਂ ਉਹ ਤੋਂ ਬਚਣ ਲਈ ਆਪਾਂ ਇਹਦੇ ਇਕੱਲੇ ਇਕੱਲੇ ਪੱਤੇ ਨੂੰ ਝਾੜ ਦੇਣਾ ਪੱਤੇ ਝਾੜ ਕੇ ਫਿਰ ਇਹਦੇ ਆਪਾਂ ਇਹਨੂੰ ਮਿੱਟੀ ਦੇ ਵਿੱਚ ਲਾਵਾਂਗੇ ਮਿੱਟੀ ਤੇ ਕੋਕੋ ਪੀਟ ਦੇ ਵਿੱਚ ਤਾਂ ਜੋ ਇਹਦੀਆਂ ਰੂਟਸ ਡਿਵੈਲਪ ਹੋ ਸਕਣ ਆਪਾਂ ਨੂੰ ਇਹਨਾਂ ਦੀ ਰੂਟਸ ਬਾਰੇ 1 ਮਹੀਨੇ ਤੱਕ ਪਤਾ ਲੱਗ ਜੂਗਾ ਪ੍ਰੋਪੋਗੇਟ ਕਰਨ ਦਾ ਜਿਹੜਾ ਸਹੀ ਤਰੀਕਾ ਉਹ ਸੀਡ ਤੋਂ ਬਾਅਦ ਗraft ਹੁੰਦਾ ਪਰ ਆਪਾਂ ਨੂੰ ਬੂਟੇ ਜਾਂ ਸੀਡ ਅਵੇਲੇਬਲ ਨਾ ਹੋਣ ਕਰਕੇ ਇਹਦਾ ਇਹ ਟਰਾਈ ਕੀਤਾ ਸੀ ਆਪਾਂ ਨੇ ਹੁਣ ਕਾਫੀ ਇਹਦੀਆਂ ਆਪਾਂ ਕਟਿੰਗਸ ਗੁੱਟੀਆਂ ਕਰਵਾਈਆਂ ਸੀ ਏਅਰ ਲੇਅਰ ਮੈਂ 1000 ਤੋਂ ਪਲੱਸ ਤੇ ਟ్రਾਇਲ ਕਰਕੇ ਦੇਖਿਆ ਜੀ ਵੀ ਕੀ ਇਹ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਆਪਣੇ ਸਕਸੈਸਫੁਲ ਆਪਾਂ ਨੂੰ ਇਹ 2 ਮਹੀਨਿਆਂ ਦੇ ਵਿੱਚ ਪਤਾ ਲੱਗ ਜਾਊਗਾ ਵੀ ਕਿੰਨਾ ਕਿੰਨਾ ਦਾ ਰੂਟ ਆਪਣੇ ਕੋਲੇ ਸਕਸੈਸਫੁਲ ਹੁੰਦਾ ਰੂਟਿੰਗ ਤੇ ਹੁਣ ਦੇਖਦੇ ਆਂ ਜੀ ਵੀ ਇਹਦਾ ਬਣੂ ਕੀ ਤੇ ਅੱਗੇ ਦਾ ਫਿਊਚਰ ਪੰਜਾਬ ਦੇ ਵਿੱਚ ਫਲ ਦਾ ਬਹੁਤ ਵਧੀਆ ਤੇ ਡਿਮਾਂਡ ਬਹੁਤ ਵਧੀਆ ਇਸ ਲਈ ਜੀ ਹੁਣ ਜੇ ਆਪਾਂ ਆਪ ਤਿਆਰ ਕਰਕੇ ਇਹਨਾਂ ਨੂੰ ਸੇਲ ਕਰਾਂਗੇ ਤਾਂ ਆਪਾਂ ਨੂੰ ਪਤਾ ਹੋਊਗਾ ਵੀ ਆਪਾਂ ਕਿਹੜੀ ਵੈਰੈਟੀ ਸੇਲ ਕਰਦੇ ਆਂ ਜੀ ਉਸ ਤੋਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਲੀਚੀ ਵਾਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਜੀ ਵੀ ਆਪਾਂ ਇਹਦਾ ਕਿੰਨਾ ਕੁ ਫਲ ਲੈ ਸਕਦੇ ਆਂ ਇਹਦੀ ਦਿਸ਼ਾ ਕੀ ਆ ਡਾਇਰੈਕਸ਼ਨ ਕੀ ਆ ਜਿੱਥੇ ਲਾਉਣਾ ਸਭ ਤੋਂ ਵੱਡੀ ਗੱਲ ਹੈ ਇਹਨੂੰ ਲੀਚੀ ਨੂੰ ਪੰਜਾਬ ਦੇ ਵਿੱਚ ਕਾਮਯਾਬ ਕਰਨ ਲਈ ਡਾਇਰੈਕਸ਼ਨ ਦੀ ਬਹੁਤ ਵੱਡੀ ਭੂਮਿਕਾ ਜੇ ਆਪਾਂ ਇਹਨੂੰ ਡਾਇਰੈਕਟ ਧੁੱਪ ਦੇ ਵਿੱਚ ਲਾਵਾਂਗੇ ਆ ਇਹਨੇ ਫਲ ਨਹੀਂ ਆਪਾਂ ਨੂੰ ਦੇਣਾ ਫਲ ਬਹੁਤ ਘੱਟ ਦਊ ਮੈਚ्योर ਨਹੀਂ ਹੁੰਦਾ ਪ੍ਰੋਪਰ ਫਲ ਤੇ ਫਲ ਦਾ ਸਾਈਜ਼ ਛੋਟਾ ਰਹਿ ਜਾਂਦਾ ਜੇ ਆਪਾਂ ਇਹਨੂੰ ਨਾਰਥ ਡਾਇਰੈਕਸ਼ਨ ਦੇ ਵਿੱਚ ਕਿਸੇ ਦਰਖਤ ਦੇ ਪਰਛਾਵੇਂ ਦੇ ਵਿੱਚ ਹੁਣ ਤੁਸੀਂ ਇੱਧਰ ਵੱਡੇ ਦਰਖਤ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜੇ ਐਵੇਂ ਕੱਢੋਦੇ ਨੇ ਉਹਨਾਂ ਦਾ ਪਰਛਾਵਾ ਇਹਦੇ ਤੇ ਢਲ ਕੇ ਪੈਂਦਾ ਤੇ ਇਹਨੂੰ ਸ਼ਾਮ ਨੂੰ ਜਾਂ ਦੁਪਹਿਰ ਤੋਂ ਬਾਅਦ ਫਿਰ ਧੁੱਪ ਘੱਟ ਲੱਗਦੀ ਹੈ ਤਾਂ ਕਰਕੇ ਆਪਣੇ ਕੋਲੇ ਇਹਨੇ ਤੀਜੇ ਸਾਲ ਦੇ ਵਿੱਚ ਪ੍ਰੋਡਕਸ਼ਨ ਦੇਣੀ ਸ਼ੁਰੂ ਕਰਤੀ ਸੀ ਹੁਣ ਇਹਦਾ ਬੂਟਾ ਨਾ ਜਿਹੜਾ ਟੈਕਚਰ ਆ ਜੀ ਇਸ ਬੂਟੇ ਦਾ ਉਹ ਥੱਲੇ ਨੂੰ ਝੁਕਮਾ ਜ਼ਿਆਦਾ ਹੀ ਹੁੰਦਾ ਹੈ ਜ਼ਿਆਦਾ ਝੁਕਦੀ ਹੈ ਤੁਸੀਂ ਇਹਦੀ ਹਰੇਕ ਟਾਣੀ ਦੇਖੋਗੇ ਥੱਲੇ ਨੂੰ ਜ਼ਿਆਦਾ ਝੁਕੀ ਹੋਈ ਆ ਜੀ ਤੇ ਇਹਦੀ ਕਟਿੰਗ ਕਰਨੀ ਸੀ ਪਰ ਫਿਰ ਮੈਂ ਸੋਚਿਆ ਕਿ ਇਹਦੇ ਆਪਾਂ ਬੂਟੇ ਕਿਉਂ ਨਾ ਤਿਆਰ ਕਰੀਏ ਕਿਉਂਕਿ ਬਰੀਡ ਬਹੁਤ ਸੋਹਣੀ ਆ ਤੇ ਮਿੱਠੀ ਬਹੁਤ ਆ ਦਿੱਲੀ ਚੀਏ ਆਪਾਂ ਖਾ ਚੁੱਕੇ ਆਂ ਤੋੜ ਚੁੱਕੇ ਆਂ ਫਲ ਲੈ ਚੁੱਕੇ ਆਂ ਤੀਜੇ ਸਾਲ ਚ ਬਹੁਤ ਵਧੀਆ ਫਲ ਦਿੱਤਾ ਸੀ ਹੁਣ ਜਦੋਂ ਆਪਾਂ ਫਲੇ ਦਾ ਦੇਖ ਲਿਆ ਇੱਕ ਵਾਰ ਖਾ ਕੇ ਤਾਂ ਉਦੋਂ ਬਾਅਦ ਹੁਣ ਇਹਦੇ ਬੂਟੇ ਆਪਾਂ ਆਪ ਤਿਆਰ ਕੀਤੇ ਸੀ ਬੂਟੇ ਤਿਆਰ ਕਰਨ ਲਈ ਜੀ ਜਿਹੜੀ ਵਿਧੀ ਆਪਾਂ ਅਪਣਾਈ ਸੀ ਉਹਨੂੰ ਏਅਰ ਲੇਅਰ ਕਹਿੰਦੇ ਆ ਗੁੱਟੀ ਦੀ ਵਿਧੀ ਕਹਿੰਦੇ ਆ ਗੁੱਟੀ ਬੰਨੀ ਸੀ ਜੀ ਹੁਣ ਤੁਸੀਂ ਦੇਖ ਸਕਦੇ ਹੋ ਇਹਦੀ ਹਰ ਇੱਕ ਟਾਣੀ ਤੇ ਆਪਾਂ ਨੇ ਗੁੱਟੀ ਕੀਤੀ ਸੀ ਜਿੰਨਾ ਟੈਕਸਚਰ ਆਪਾਂ ਨੇ ਜਿੰਨਾ ਇਹਦੀ ਗਰੋਥ ਆਪਾਂ ਨੇ ਤਲੋਂ ਕੱਟਣੀ ਸੀ ਉਨਹੀ ਗਰੋਥ ਤੇ ਆਪਾਂ ਨੇ ਗੁੱਟੀ ਬਣਾਤੀ ਸੀ ਹੁਣ ਇਹਨੂੰ ਗੁੱਟੀ ਅਨੁਸਾਰੀ ਨੂੰ ਆਪਾਂ ਕੱਟ ਲਾਂਗੇ ਜੀ ਅੱਜ ਉਸ ਤੋਂ ਬਾਅਦ ਇਹਨਾਂ ਨੂੰ ਪੋਲੀਥੀਨ ਦੇ ਵਿੱਚ ਭਰ ਦਾਂਗੇ ਤੇ ਮਹੀਨੇ ਦੇ ਵਿੱਚ ਇਹਦੀਆਂ ਜੜਾਂ ਦੁਬਾਰਾ ਡਿਵੈਲਪ ਹੋ ਕੇ ਇਹ ਆਪਦੇ ਪੈਰਾਂ 'ਚ ਰੋਜੂ ਫਿਰ ਆਪਾਂ ਇਹਨੂੰ ਫਰਵਰੀ ਮਾਰਚ ਦੇ ਸੀਜ਼ਨ ਦੇ ਵਿੱਚ ਸੇਲ ਕਰਨ ਜੋਗੇ ਹੋ ਜਾਾਂਗੇ ਆਪ ਤਿਆਰ ਕਰ ਰਹੇ ਹਾਂ ਜੀ ਇਹ ਘਰੇ ਬੂਟੇ ਉਹਦਾ ਕਾਰਨ ਆ ਜੀ ਵੀ ਆਪਾਂ ਨੂੰ ਕਈ ਵਾਰ ਬਾਹਰੋਂ ਸਪੀਸ ਨਹੀਂ ਮਿਲਦੀ ਹੁਣ ਆ ਤੁਸੀਂ ਦੋਸਤੋ ਦੇਖ ਸਕਦੇ ਹੋ ਆਪਾਂ ਨੇ ਗੁੱਟੀ 에ਅਰ ਲੇਅਰ ਕਰਵਾਈ ਸੀ ਜੀ ਇਹ ਤੇ ਇਅਰ ਲੇਅਰ ਤੋਂ ਬਾਅਦ ਹੁਣ ਇਹਦੇ ਵਿੱਚ ਤੁਸੀਂ ਜੜ੍ਹਾਂ ਦੇਖੋਗੇ ਜੀ ਜੜਾਈਆਂ ਹੋਈਆਂ ਤੇ ਇਹ ਆਪਾਂ ਹੁਣ ਇਦੋਂ ਬਾਅਦ ਇਹਦੇ ਪੱਤੇ ਸਾਰੇ ਝਾੜ ਕੇ ਜੀ ਇਹਨੂੰ ਆਪਾਂ ਇੱਕ ਪੋਲੀਥਿਨ ਦੇ ਵਿੱਚ ਭਰ ਦਾਂਗੇ ਜੀ ਹਾਂਜੀ ਦੋਸਤੋ ਹੁਣ ਤੁਸੀਂ ਇਹਦੀ ਰੂਟਿੰਗ ਸਿਸਟਮ ਦੇਖ ਸਕਦੇ ਹੋ ਜਿਹੜਾ ਡਿਵੈਲਪ ਹੋ ਗਿਆ ਜੀ ਹੁਣ ਇਹ ਡਰਾਈ ਹੋਣ ਲੱਗ ਗਿਆ ਸੀ ਹੁਣ ਆਪਾਂ ਨੇ ਇਹਨੂੰ ਕੱਟ ਕੇ ਪਾਣੀ 'ਚ ਇੱਕ ਵਾਰ ਭਿਓ ਕੇ ਨਾਲ ਦੀ ਨਾਲ ਆਪਾਂ ਇਹਨੂੰ ਇੱਕ ਉਹਦੇ 'ਚ ਪੋਲੀਥਿਨ ਦੇ ਵਿੱਚ ਭਰ ਦਾਂਗੇ ਜੀ ਜਿਹਦੇ 'ਚ ਮਿੱਟੀ ਸਿੰਪਲ ਮਿੱਟੀ ਤੇ ਥੋੜੀ ਜਿਹੀ ਕੋਕੋ ਪੀਟ ਤੇ ਥੋੜੇ ਜਿਹਾ ਆਪਣਾ ਜਿਹੜੇ ਹੁੰਦੇ ਆ ਵਰਮੀ ਕੰਪੋਸਟ ਪਾਈ ਹੁੰਦੀ ਆ ਉਹਦੇ ਚ ਪਾ ਦਾਂਗੇ ਇਹਦੇ ਪੱਤੇ ਆਪਾਂ ਥੋੜੇ ਜੇ ਕੱਟ ਦਾਂਗੇ ਕਿਉਂਕਿ ਫਿਰ ਉਹ ਸਟ्रेस ਨਹੀਂ ਲਊਗਾ ਜੀ ਬੂਟਾ ਤੇ ਤੁਸੀਂ ਹੁਣ ਜੜਾਂ ਡਿਵੈਲਪ ਹੋਈਆਂ ਦੇਖ ਸਕਦੇ ਹੋ ਉਹਨੇ ਦੀ ਸਾਰੇ ਦੀ ਕਟਿੰਗ ਆਪਾਂ ਜਿੰਨੀਆਂ ਵੀ ਆਪਾਂ ਗੁੱਟੀ ਬੰਨੀ ਸੀ ਉਹ ਸਾਰੀ ਕਰਕੇ ਤੇ ਇਹਨੂੰ ਫਿਰ ਆਪਾਂ ਯੂਟਿਲਾਈਜ਼ ਕਰਦੇ ਆ ਆਜੋ ਜੀ ਆਪਾਂ ਇਹਦੀ ਕਟਿੰਗ ਸ਼ੁਰੂ ਕਰਦੀ ਹੈ ਜੀ ਦੋਸਤੋ ਕਟਿੰਗ ਤੁਸੀਂ ਦੇਖ ਲਈ ਆ ਜੀ ਇਹਦੇ ਆਪਾਂ ਜਿੰਨੇ ਬੂਟੇ ਤਿਆਰ ਕਰ ਸਕੇ ਸ 100 ਤੋਂ ਲੈ ਕੇ 120 ਤੱਕ ਬੂਟੇ ਆਪਣੇ ਕੋਲ ਤਿਆਰ ਹੋ ਜਾਣਗੇ ਜੀ ਤੇ ਬਾਕੀ ਆ ਥੱਲੋਂ ਆਪਾਂ ਬਿਲਕੁਲ ਛਾਂਗਤੀ ਆ ਤੇ ਹੁਣ ਇਹਦਾ ਜਿਹੜਾ ਟੈਕਸਚਰ ਹੈ ਉੱਤੇ ਨੂੰ ਜਾਊਗਾ 2ਕ ਸਾਲਾਂ ਚ ਇਹ ਉੱਤੇ ਹੋਰ ਵੱਧੂਗੀ ਜੀ ਫਿਰ ਜਿਹੜੇ ਆ ਇਹਦੇ ਜਿਆਦਾ ਥੱਲੇ ਬੂਟੇ ਨੇ ਇਹਨਾਂ ਨੂੰ ਵੀ ਆਪਾਂ ਤਿਆਰ ਕਰ ਲਾਂਗੇ ਜੀ ਦੋਸਤੋ ਜਿਹੜੀ ਆ ਕੱਟ ਲੱਗੇ ਨੇ ਜੀ ਇਹਨਾਂ ਕੱਟਾਂ ਤੇ ਆਪਾਂ ਜੀ ਨੀਲਾ ਥੋਥਾ ਲਾਉਣਾ ਜੀ ਨੀਲਾ ਥੋਥਾ ਜਿਹੜਾ ਇਹਦੇ ਜ਼ਹਿਰ ਕੋਈ ਹੋਊਗੀ ਜਾਂ ਇਹਨੂੰ ਕੋਈ ਕੋਈ ਵੀ ਖਰਾਬੀ ਹੋਊਗੀ ਉਹ ਇੱਥੇ ਉਹ ਨਹੀਂ ਹੋਊਗਾ ਇਨੂੰ ਕੋਈ ਫੰਗਸ ਜਾਂ ਹੋਰ ਨਹੀਂ ਅਟੈਕ ਕਰੂਗਾ ਨੀਲਾ ਥੋਥਾ ਲਾਉਣਾ ਜ਼ਰੂਰੀ ਆ ਕਟਿੰਗ ਤੋਂ ਬਾਅਦ ਹਰ ਇੱਕ ਕਟਿੰਗ ਤੋਂ ਬਾਅਦ ਨੀਲਾ ਥੋਥਾ ਜਾਂ ਕਲੀ ਆਪਾਂ ਲਾ ਦਈਏ ਤਾਂ ਮਸਟ ਹੁੰਦਾ ਜ਼ਰੂਰੀ ਹੁੰਦਾ ਉਹ ਕੰਮ ਕਰਨਾ ਧੰਨਵਾਦ ਜੀ